जिला तरनतारन विच कतलां दा सिलसिला लगातार जारी है। हुण जिले दे सरहदी कस्बा पिखीविंड च बहादरी दे अवार्ड नाल सन्मानित कामरेड नूं अणपछाते व्यक्तियों वल्लों चढ़दी समेर कामरेड नूं गोलियां मार के मौत दे घाट उतार दिता गया। इस वारदात संबंधी सूचना मिलदिआं मौके ते पुजी पुलिस ने लाश नूं कब्जे च लै कार्रवाई शुरू कर दिती है। जानकारी मुताबक कामरेड बलविंदर सिंह पिखीविंड नूं राष्ट्रीय शौर्य चक्र नाल सन्मानित कीता गया सी जो अज अपने घर च मौजूद सी। इस दौरान घर च दाखिल होए कुछ व्यक्तियों ने उसनू गोलियां मार के मौत दे घाट उतार दिता। मृतक दे भरा रणजीत सिंह ने दस्सिया कि उसके भरा नू मिली सुरक्षा करीब एक साल पहला वापस लै ली गई सी। SSP ने दस्सिया कि मृतक की लाश नू कब्जे च लैके कार्रवाई शुरू कर दिती है। ਜਿਹੜੇ ਭਾਜੀ ਦਾ ਕਤਲ ਹੋਇਆ ਕੀ ਲੱਗਦੇ ਸੀਗੇ ਆਪਣੇ ਹਸਬੰਡ ਮੇਰੇ ਸਰਦਾਰ ਬਲਿੰਦਰ ਸਿੰਘ ਭਿੱਖੀ ਵਿੰਡ ਸ਼ੌਰੇ ਚੱਕਰ ਵਿੰਦਰ ਕਿਸ ਤਰ੍ਹਾਂ ਆਇਆ ਇਹਨਾਂ ਦਾ ਕਤਲ ਕੁਛ ਨਹੀਂ ਪਤਾ ਲੱਗਾ ਰੂਟੀਨ ਲਾਈਫ 'ਚ ਜਿੱਦਾਂ ਡੇਲੀ ਥੱਲੇ ਉੱਤਰ ਕੇ ਗੇਟ ਵਗੈਰਾ ਖੋਲਦੇ ਆ ਉਵੇਂ ਆਏ ਆ ਤੇ ਜਦੋਂ ਮਤਲਬ ਕਿ ਫਾਇਰਿੰਗ ਹੋਈ ਆ ਤੇ ਸਾਨੂੰ ਕਾਫੀ ਟਾਈਮ ਬਾਅਦ ਪਤਾ ਲੱਗਾ 5-7 ਮਿੰਟ ਬਾਅਦ ਇਹਨਾਂ ਤੇ ਪਹਿਲਾਂ ਵੀ ਕਾਫੀ ਜਿਹੜੇ ਹਮਲੇ ਹੋ ਚੁੱਕੇ ਆ ਹਾਂਜੀ 42 ਹਮਲੇ ਹੋਏ ਆ ਜਿਹੜੇ ਰਜਿਸਟਰਡ ਆ ਉਸ ਤਰ੍ਹਾਂ ਕੋਈ ਗਿਣਤੀ ਨਹੀਂ ਆ ਕਿੰਨੇ ਹੁੰਦੇ ਆ ਪਰ 42 ਦੀ FIR ਦਰਜ ਆ ਸਾਡੇ ਜਿਹੜੀ ਸਿਕਿਉਰਿਟੀ ਵਾਪਸ ਲਈ ਇਹਦਾ ਕੀ ਰੀਜ਼ਨ ਕਹਿੰਦੇ ਜੋ ਇਹਦਾ ਰੀਜ਼ਨ ਕੋਈ ਵੀ ਨਹੀਂ ਜਦੋਂ ਕਿਤੇ ਇਲੈਕਸ਼ਨ ਆਉਂਦੀ ਹੈ ਇੰਟਰਸਟੇਟ ਤੋਂ ਉਦੋਂ ਵਾਪਸ ਲੈ ਲੈਂਦੇ ਆ ਜਾਂ ਕਿਤੇ ਕੋਈ ਵੀ ਕਿਸੇ ਤਰ੍ਹਾਂ ਦੀ ਸਰਕਾਰ ਨੂੰ ਜ਼ਰੂਰਤ ਪੈਂਦੀ ਹੈ ਤਾਂ ਸਾਰੇ ਹੀ ਸਾਡੇ ਵਾਪਸ ਲੈ ਲੈਂਦੇ ਟਾਈਮ ਟੂ ਟਾਈਮ ਹੀ ਜਾ ਕੇ ਜਿੰਨੇ ਵੀ DGP ਬਦਲ ਬਦਲ ਕੇ ਜਿੱਦਾਂ ਵੀ ਆਏ ਉਹਨਾਂ ਨੂੰ ਮਿਲਦੇ ਰਹੇ ਆ ਤੇ ਬੜੀ ਰਿਕਵੈਸਟ ਤੋਂ ਬਾਅਦ ਸਾਨੂੰ ਇੱਕ ਗਨਮੈਨ ਪ੍ਰੋਵਾਈਡ ਕੀਤਾ ਜਾਂਦਾ ਆ ਉਹ ਫੇਰ ਹਫਤੇ ਬਾਅਦ ਚਲੇ ਜਾਂਦਾ ਫੇਰ ਹਫਤੇ ਬਾਅਦ ਅਸੀਂ ਜਾਂਦੇ ਆ ਤੇ ਸਾਡੀ ਸਿਕਿਉਰਿਟੀ ਵਾਪਸ ਲਈ ਜਾਂਦੀ ਆ ਹੁਣ ਵੀ ਅਸੀਂ ਜਿਹੜੇ ਦਿਨ ਸ਼੍ਰੀ ਦਿਨਕਰ ਗੁਪਤਾ ਦੀ ID ਤੇ ਬੜੇ ਮੈਸੇਜ ਪਾਏ ਆ ਬੜੀ ਜ਼ਿਆਦਾ ਰਿਕਵੈਸਟ ਪਾਈ ਆ ਕਿ ਸਾਨੂੰ ਗਨਮੈਨ ਪ੍ਰੋਵਾਈਡ ਕੀਤੇ ਜਾਣ ਨਹੀਂ ਕੀਤੇ ਗਏ ਸਾਨੂੰ ਪਤਾ ਸੀ ਹੁਣ ਰੈਫਰੈਂਡਮ 2020 ਚੱਲ ਰਿਹਾ ਵਾ ਪੁਲਿਸ ਦੇ ਅਕੋਰਡਿੰਗਲੀ ਆ ਮੀਡੀਆ ਦੇ ਅਕੋਰਡਿੰਗਲੀ ਆ ਕਿ ਇੱਥੇ ਰੋਜ਼ ਅੱਤਵਾਦੀ ਫੜੇ ਜਾ ਰਹੇ ਜਿਨ੍ਹਾਂ ਕੋਲ ਬੜਾ ਬੜਾ ਅਸਲਾ ਫੜਿਆ ਜਾ ਰਿਹਾ ਵਾ ਤੇ ਕੀ ਇਹ ਸਾਡੀ ਸਰਕਾਰ ਨੂੰ ਜਾਂ ਸਾਡੀ ਪੁਲਿਸ ਡਿਪਾਰਟਮੈਂਟ ਨੂੰ ਪਤਾ ਨਹੀਂ ਸੀ ਕਿ ਅਸੀਂ ਹਿੱਟ ਲਿਸਟ ਤੇ ਆ ਇਹਨੂੰ ਜੀ ਅੱਤਵਾਦੀ ਹਮਲਾ ਕਹਿੰਦੇ ਜੇ ਜਾਂ ਕਿਸ ਤਰ੍ਹਾਂ ਅਸੀਂ ਤਾਂ ਅੱਤਵਾਦੀ ਮੰਨਾਂਗੇ ਕਿਉਂਕਿ ਸਾਡੀ ਕਿਸੇ ਨਾਲ ਦੁਸ਼ਮਣੀ ਨਹੀਂ ਹੈਗੀ ਕੋਈ ਸਾਡਾ ਪਰਸਨਲ ਵੈਰ ਕਿਸੇ ਨਾਲ ਕੋਈ ਨਹੀਂ ਹੈਗਾ ਇਹ ਅੱਤਵਾਦੀ ਹਮਲਾ ਹੀ ਆ ਪੁਲਿਸ ਦੀ ਇਸ ਢਿੱਲੀ ਜਿਹੀ ਕਾਰਜਕਾਰੀ ਤੇ ਕੀ ਕਹਿਣਾ ਚਾਹੁੰਦੇ ਕਾਰਜਕਾਰੀ ਢਿੱਲੀ ਹੋਊਗੀ ਤੇ ਫਿਰ ਮੈਂ ਬੜਾ ਸਟਰੋਂਗਲੀ ਲੜੀ ਆ ਆਪਣੇ ਹਸਬੰਡ ਨਾਲ ਮੋਢੇ ਨਾਲ ਮੋਢਾ ਲਾ ਕੇ ਹੁਣ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਗਿਆ ਆ ਤੇ ਮੈਂ ਪਹਿਲਾਂ ਨਾਲੋਂ ਵੀ ਜਿਹੜੀ ਜ਼ਿਆਦਾ ਜ਼ਬਰਦਸਤ ਜਿਹੜੀ ਆ ਉਹ ਫਾਈਟ ਦਵਾਂਗੀ ਜਦ ਤੱਕ ਇਨਸਾਫ ਨਹੀਂ ਮਿਲਦਾ ਵਸਣ ਸਿੰਘ ਪਿੰਡ ਦੇ ਨਾ ਐਵਰਗ੍ਰੀਨ ਸਕੂਲ ਦੇ ਮਾਲਕ ਕਾਮਰੇਡ ਬਲਵਿੰਦਰ ਸਿੰਘ ਜੀ ਦਾ ਕਤਲ ਹੈ ਕੀ ਕਹਿਣਾ ਚਾਹੁੰਦੇ ਸਰ ਇਸ ਬਾਰੇ ਪੜਤਾਲ ਕਰ ਰਹੇ ਹਾਂ ਜੀ ਠੀਕ ਹੈ ਹੁਣ ਤੱਕ ਦੀ ਜੋ ਇਨਫੋਰਮੇਸ਼ਨ ਹੈ ਉਹਦੇ ਮੁਤਾਬਿਕ ਦੋ ਬੰਦੇ ਆਏ ਸੀਗੇ ਉਹਦੇ 'ਚ ਇੱਕ ਬੰਦੇ ਨੇ ਅੰਦਰ ਆ ਕੇ ਇਹਨਾਂ ਨੂੰ ਘਰ ਦੇ ਅੰਦਰ ਆ ਕੇ ਮਾਰਿਆ ਹੈਗਾ FIR ਰਜਿਸਟਰ ਕੀਤੀ ਹੈ ਔਰ ਅਸੀਂ ਪੜਤਾਲ ਸਰ ਪਰਿਵਾਰ ਦਾ ਇਲਜ਼ਾਮ ਹੈ ਵੀ ਜਿਹੜਾ IG ਪਰਮਾਰ ਨੂੰ ਤੇ ਉੱਚ ਅਧਿਕਾਰੀਆਂ ਨੂੰ ਪੁਲਿਸ ਦਿਆਂ ਨੂੰ ਕਿਹਾ ਸੀਗਾ ਵੀ ਇਹਨਾਂ ਦੀ ਸਿਕਿਉਰਿਟੀ ਵਾਪਸ ਨਾ ਲਓ ਉਹ ਸਿਕਿਉਰਿਟੀ ਲੈਣ ਦੇ ਨਾਲ ਜਿਹੜਾ ਇਹਨਾਂ ਦਾ ਹੁਣ ਕਤਲ ਹੋਇਆ ਜੀ ਉਹ ਬਸ ਅਭੀ ਐਗਜ਼ਾਮਿਨ ਕਰ ਲਾਂਗੇ ਜੀ ਸਰ ਬੀਤੇ ਕੁਝ ਦਿਨ ਪਹਿਲਾਂ ਵੀ ਭਿੱਖੀਵਿੰਡ ਦੇ ਵਿੱਚ ਕਤਲ ਹੋਇਆ ਸੀਗਾ ਪੁਲਿਸ ਦੀ ਢਿੱਲੀ ਕਾਰਜਕਾਰੀ ਕਿਉਂ ਆ ਦੇਖੋ ਮਰਡਰ ਕਿਵੇਂ ਹੁੰਦਾ ਹੈ ਜੀ ਉਹ ਇਮੋਸ਼ਨਲ ਇੱਕ ਉਸ ਟਾਈਪ ਦਾ ਕ੍ਰਾਈਮ ਹੈ ਕਿ ਐਕਸਟੈਂਪਰ ਹੁੰਦਾ ਹੈ ਤਾਂ ਉਹਦੇ ਵਾਸਤੇ ਆਪਾਂ ਇਹ ਚੀਜ਼ ਨਹੀਂ ਕਹਿ ਸਕਦੇ ਕਿ ਮਰਡਰ ਜ਼ਿਆਦਾ ਹੋਇਆ ਘੱਟ ਹੋਇਆ ਉਹ ਇਮੋਸ਼ਨਲ ਐਂਗਲ ਹੈ ਉਹਦੇ ਵਿੱਚ ਜੋ ਤੁਸੀਂ ਕਹਿ ਰਹੇ ਹੋ ਉਹਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੁਣ ਸਰ ਕਿਸ ਤਰ੍ਹਾਂ ਜਾਂਚ ਚੱਲ ਰਹੀ ਹੈ ਚੱਲ ਰਹੀ ਹੈ ਜੀ ਉਹਦੇ ਬਾਰੇ ਨਾ ਜਲਦੀ ਅਸੀਂ ਜੋ ਵੀ ਹੈਗਾ ਇਹਦੇ ਪਿੱਛੇ ਬੰਦੇ ਉਹਨਾਂ ਨੂੰ ਫੜ ਕੇ ਜਲਦੀ ਕਰਾਂਗੇ ਜੀ देश विदेश और अपने शहर की लोकल खबर के लिए हमारे चैनल को सब्सक्राइब जरूर करें और घंटी के बटन को जरूर दबाएं। आपका मनपसंद न्यूज़ चैनल KPD न्यूज़ हक सच और इंसाफ की आवाज़ आपको रखे सबसे आगे।